ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਹੈਲੋ ਐਵਰੀਵਨ, ਕੁਐਸਚਨ ਸਾਡੇ ਕੋਲ ਹੈਗਾ, ਰਾਈਟ ਦ ਫਾਲੋਇੰਗ ਇਨ ਡੈਸੀਮਲ ਫਾਰਮ ਐਂਡ ਸੇ ਵਟ ਕਾਈਂਡ ਆਫ ਡੈਸੀਮਲ ਐਕਸਪੈਂਸ਼ਨ ਈਚ ਹੈਜ਼ 2/11। ਯਾਨੀ ਕਿ 2/11 ਦੀ ਡੈਸੀਮਲ ਐਕਸਪੈਂਸ਼ਨ ਕੀ ਹੋਊਗੀ, ਅਸੀਂ ਇਹ ਦੱਸਣੀ ਹੈ। ਠੀਕ ਹੈ, 2/11 ਨੂੰ ਪਹਿਲਾਂ ਅਸੀਂ ਡਿਵਾਈਡ ਕਰਦੇ ਹਾਂ, ਫਿਰ ਡਿਵਾਈਡ ਕਰਕੇ ਅਸੀਂ ਦੇਖਾਂਗੇ ਕਿ ਇਹਦੀ ਡੈਸੀਮਲ ਫਾਰਮ ਕਿਹੋ ਜਿਹੀ ਬਣਦੀ ਹੈ। 2 ਅੰਦਰ 11 ਬਾਹਰ। ਠੀਕ ਹੈ, ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਡਿਵਾਈਡ ਨਹੀਂ ਹੋ ਸਕਦਾ, ਇਸ ਕਰਕੇ ਮੈਂ ਪੁਆਇੰਟ ਲਗਾ ਕੇ 0 ਉਤਾਰ ਲੈਂਦਾ। ਫਿਰ ਇਹ 1 ਤੇ ਡਿਵਾਈਡ ਹੋ ਗਿਆ, 11 × 11 9 ਬਾਕੀ ਬਚਿਆ ਸਾਡੇ ਕੋਲੇ। ਠੀਕ ਹੈ, ਤੇ ਉੱਪਰੋਂ 0 ਉਤਰ ਗਈ, ਤੇ ਹੁਣ ਫਿਰ ਇਹ ਸੋਰੀ 8 ਦੇ ਉੱਪਰ ਚਲਾ ਜਾਊਗਾ, 9 ਦੇ ਉੱਪਰ ਨਹੀਂ। ਹਾਂ, 11 × 8 = 88, 2 ਬਾਕੀ ਬਚਿਆ, 0 ਉਤਰ ਗਈ। ਠੀਕ ਹੈ, ਹੁਣ ਫਿਰ ਤੁਸੀਂ ਦੇਖ ਸਕਦੇ ਹੋ ਵਾਪਸ ਫਿਰ 1 ਤੇ ਚਲਾ ਜਾਊਗਾ ਤੇ 11 ਆ ਜਾਊਗਾ। ਫਿਰ 90, 9 ਬਚਿਆ, 0 ਉਤਾਰ ਲਾਂਗੇ ਤੇ 11 × 8 = 88। ਬਿਲਕੁਲ ਸੇਮ ਉੱਪਰ ਵਾਲੀ ਡਿਵਾਈਡ ਹੈ ਜਿਹੜੀ, ਉਹ ਰਿਪੀਟ ਹੁੰਦੀ ਜਾਊਗੀ, ਹੈ ਨਾ। ਤਾਂ ਆਂਸਰ ਸਾਡਾ ਕਿੰਨਾ ਆਉਂਦਾ ਜਾਊਗਾ, 0.18 18 18 18, ਸੇਮ ਸੇਮ ਰਿਪੀਟ ਹੁੰਦਾ ਜਾਊਗਾ। ਜਾਂ ਅਸੀਂ ਇਹਨੂੰ ਲਿਖ ਸਕਦੇ ਹਾਂ 0.18 ਦੀ 12। ਸਾਨੂੰ ਟਾਈਪ ਵੀ ਪੁੱਛੀ ਗਈ ਹੈ, ਤਾਂ ਟਾਈਪ ਵੀ ਅਸੀਂ ਲਿਖ ਦਿੰਦੇ ਹਾਂ। ਠੀਕ ਹੈ, ਟਾਈਪ ਇਸ ਦੀ ਹੈਗੀ ਹੈ, ਇੱਕ ਤਾਂ ਨੌਨ ਟਰਮੀਨੇਟ, ਇਹ ਟਰਮੀਨੇਟ ਨਹੀਂ ਹੋ ਰਿਹਾ, ਰੁਕ ਨਹੀਂ ਰਿਹਾ, ਨੌਨ ਟਰਮੀਨੇਟ। ਉਸ ਤੋਂ ਬਾਅਦ ਰਿਪੀਟਿੰਗ ਵੀ ਹੈ, ਹੈ ਨਾ, ਰਿਪੀਟ ਹੋ ਰਿਹਾ। ਦੱਸਣਾ ਕਿ ਇਹ ਨੰਬਰ ਕਿਸ ਟਾਈਪ ਦਾ ਹੈ, ਰਿਪੀਟਿੰਗ, ਨੌਨ ਟਰਮੀਨੇਟ ਤੇ ਰਿਪੀਟਿੰਗ ਨੰਬਰ। ਥੈਂਕ ਯੂ।